ਹੈਲੋ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਵਿੱਚ ਐਸੇ ਡਾਕਟਰ ਭੀਮ ਰਾਉ ਅੰਬੇਦਕਰ ਆਓ ਸ਼ੁਰੂ ਕਰਦੇ ਹਾਂ ਜਾਣ ਪਛਾਣ ਡਾਕਟਰ ਭੀਮ ਰਾਉ ਅੰਬੇਦਕਰ ਵਿਦਵਾਨ ਫਿਲਾਸਫਰ ਕਾਨੂੰਨਦਾਨ ਅਤੇ ਦੇਸ਼ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ ਆਪ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਵਿਸ਼ਿਆਂ ਬਾਰੇ ਡੂੰਗੀ ਸੋਚ ਹੀ ਰੱਖਦੇ ਸਨ ਆਪ ਨੇ ਸਮਾਜ ਵਿੱਚੋਂ ਅਨਪੜਤਾ ਅੰਧ ਵਿਸ਼ਵਾਸ ਅਤੇ ਛੂਤਛਾਤ ਨੂੰ ਖਤਮ ਕਰਨ ਲਈ ਵਿਸ਼ੇਸ਼ ਯਤਨ ਕੀਤੇ ਡਾਕਟਰ ਪੀਮਬਰਾਮ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਹਾ ਜਾਂਦਾ ਭਾਰਤ ਦੇ ਲੋਕ ਆਪ ਨੂੰ ਬਾਬਾ ਸਾਹਿਬ ਕਹਿ ਕੇ ਯਾਦ ਕਰਦੇ ਹਨ ਜਨਮ ਅਤੇ ਬਚਪਨ ਡਾਕਟਰ ਪੀਮਬਰਾਮ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਈਸਵੀ ਨੂੰ ਬੜੋਦਾ ਰਾਜਸਤ ਦੀ ਛਾਉਣੀ ਮਹੂ ਵਿੱਚ ਉਵੇਦਾਰ ਰਾਮਜੀ ਦਾਸ ਦੇ ਘਰ ਮਾਤਾ ਪੀਮਾ ਬਾਈ ਜੀ ਦੀ ਕੁੱਖੋਂ ਹੋਇਆ ਉਹਨਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਰਾਜ ਵਿੱਚ ਅੰਬਾਵੜੇ ਸੀ ਛੋਟੀ ਉਮਰ ਵਿੱਚ ਹੀ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਮਾਦੀ ਮੋਤੋ ਬਾਤ ਡਾਕਟਰ ਅੰਬੇਦਕਰ ਬਹੁਤ ਉਦਾਸ ਰਹਿਣ ਲੱਗੇ ਪੜ੍ਹਾਈ ਵਿੱਚ ਵੀ ਉਹਨਾਂ ਦਾ ਮਨ ਨਾ ਲੱਗਦਾ ਆਪਦੇ ਵੱਡੇ ਪ੍ਰਾ ਅਨੰਦਰਾਓ ਨੇ ਇੱਕ ਦਿਨ ਆਪ ਨੂੰ ਸਮਝਾਇਆ ਕਿ ਮਾਤਾ ਜੀ ਪੀਮਰਾਓ ਨੂੰ ਵੱਡਾ ਅਫਸਰ ਬਣਾਉਣਾ ਚਾਹੁੰਦੇ ਸਨ ਉਸ ਦਿਨ ਤੋਂ ਆਪਨੇ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸਕੂਲ ਵਿੱਚ ਚੂਤ-ਚਾਤ 1937 ਈਸਵੀ ਵਿੱਚ ਡਾਕਟਰ ਅੰਬੇਦਕਰ ਨੇ 10ਵੀਂ ਪਾਸ ਕੀਤੀ ਉਹਨਾਂ ਦਿਨਾਂ ਵਿੱਚ ਮਹਾਰਾਸ਼ਟਰ ਵਿੱਚ ਉਤਸ਼ਾਹ ਦਾ ਬਹੁਤ ਬੋਲਬਲਾ ਸੀ ਸਕੂਲ ਵਿੱਚ ਵਿਦਿਆਲัย ਦੇ ਵਿਦਿਆਰਥੀਆਂ ਨੂੰ ਨਫ਼ਰਤ ਕੀਤੀ ਜਾਂਦੀ ਸੀ ਇੱਕ ਵਾਰ ਅਧਿਆਪਕ ਨੇ ਪੀਮਰਾਓਨ ਨੂੰ ਬਲੈਕਬੋਰਡ ਉੱਤੇ ਸਵਾਲ ਹੱਲ ਕਰਨ ਲਈ ਕਿਹਾ ਤਾਂ ਜਮਾਤ ਦੇ ਬਾਕੀ ਮੁੰਡਿਆਂ ਨੇ ਰੌਲਾ ਪਾ ਦਿੱਤਾ ਸਾਨੂੰ ਆਪਣੇ ਰੋਟੀ ਵਾਲੇ ਡੱਬੇ ਚੁੱਕ ਲੈਣ ਦਿਓ ਇਸ ਘਟਨਾ ਨੇ ਪੀਮਰਾਓ ਦੇ ਬਾਲਮਨ ਨੂੰ ਚੰਝੋੜ ਕੇ ਰਖ ਦਿੱਤਾ ਚੋਚਤ ਪ੍ਰਤੀ ਵਿਦਰੋਹੀ ਭਾਵਨਾ ਆਪਦੇ ਮਨ ਵਿੱਚ ਹੋਰ ਵੀ ਪ੍ਰਬਲ ਹੋ ਗਈ ਉੱਚੀ ਵਿਦਿਆ 1912 ਇਸ ਵਿੱਚ ਆਪਨੇ ਬੀਏ ਪਾਸ ਕਰ ਲਈ 1913 ਇਸ ਵਿੱਚ ਬੜੋਦਾ ਦੇ ਮਹਾਰਾਜਾ ਵੱਲੋਂ ਤਿਆਸ ਦੇ ਕੁਝ ਵਿਦਿਆਰਥੀਆਂ ਨੂੰ ਉੱਚ ਵਿਦਿਆਲੀ ਅਮਰੀਕਾ ਭੇਜਣ ਦਾ ਐਲਾਨ ਕੀਤਾ ਗਿਆ। ਇਹਨਾਂ ਵਿਦਿਆਰਥੀਆਂ ਵਿੱਚ ਡਾਕਟਰ ਅੰਬੇਦਕਰ ਨੂੰ ਵੀ ਚੁਣਿਆ ਗਿਆ। ਉਹਨਾਂ ਨੇ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਤੋਂ ਅਰਥ ਸ਼ਾਸਤਰ ਦੀ ਐਮਏ ਪਾਸ ਕੀਤੀ। 1916 ਇਸਵੀ ਵਿੱਚ ਉਹਨਾਂ ਨੇ ਇੱਥੋਂ ਹੀ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਫੌਜ ਵਿੱਚ ਨੌਕਰੀ ਆਪਨੇ ਕੁਝ ਸਮਾਂ ਬੜੋਦਰ ਐਸੇ ਦੀ ਫੌਜ ਵਿੱਚ ਮਿਲਟਰੀ ਸਖਤਰ ਵਜਨ ਨੌਕਰੀ ਕੀਤੀ ਪਰ ਇੱਥੇ ਵੀ ਜਾਤਪਾਤ ਅਤੇ ਛੂਤਛਾਤ ਦਾ ਬੋਲਬਾਲਾ ਹੋਣ ਕਾਰਨ ਆਪ ਇੱਥੇ ਬੋਧੀ ਦੇ ਟਿਕ ਨਾ ਸਕੇ। जातपात विरोध संघर्ष ਆਪ ਦਾ ਵਿਚਾਰ ਸੀ ਕਿ ਸਮਾਜ ਵਿੱਚ ਫੈਲੀ ਜਾਤਪਾਤ ਅਤੇ ਛੂਛਾਤ ਦੀ ਬਿਮਾਰੀ ਦੂਰ ਕਰਨ ਲਈ ਸਿੱਖਿਆ ਦਾ ਪਸਾਰ ਸ਼ਹਿਰੀਕਰਨ ਅਤੇ ਉਦਯੋਗੀਕਰਨ ਬਹੁਤ ਜ਼ਰੂਰੀ ਹੈ ਆਪ ਨੇ ਸਮਾਜ ਵਿੱਚ ਵਿਦਿਆ ਦੀ ਰੌਸ਼ਨੀ ਫੈਲਾਉਣ ਲਈ ਪੀਪਲਸ ਐਜੂਕੇਸ਼ਨਲ ਸੁਸਾਇਟੀ ਬਣਾਈ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਲਈ ਆਪ ਨੇ ਮੂਕ ਨਾਇਕ ਅਤੇ ਬਹਿਸ਼ਕ੍ਰਿਤ ਪਾਰਤ ਨਾ ਦੇ ਹਫ਼ਤਾਵਰਖਬਾਰ ਵੀ ਕੱਢੇ ਸੰਵਿਧਾਨ ਦੇ ਨਿਰਮਾਤਾ ਆਜ਼ਾਦੀ ਤੋਂ ਬਾਅਦ ਆਪ ਨੂੰ ਦੇਸ਼ ਦਾ ਕਾਨੂੰਨ ਮੰਤਰੀ ਬਣਾਇਆ ਗਿਆ ਅਤੇ ਫਿਰ ਆਜ਼ਾਦ ਭਾਰਤ ਦਾ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਆਪਨੇ ਬਹੁਤ ਮਿਹਨਤ ਅਤੇ ਲਗਨ ਨਾਲ ਇਸ ਕੰਮ ਨੂੰ ਨਿਪੇਰੇ ਚਾੜਿਆ ਡਾਕਟਰ ਅੰਬੇਦਕਰ ਦੀ ਨਿਗਰਾਨੀ ਹੇਠ ਤਿਆਰ ਕੀਤਾ ਹੋਇਆ ਭਾਰਤ ਦਾ ਸੰਵਿਧਾਨ ਲੋਕਤੰਤ੍ਰਿਕ ਅਤੇ ਤਰਮ ਨਿਰਪੱਖ ਹੈ ਇਸ ਵਿੱਚ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਪੂਰਨ ਸੁਰੱਖਿਆ ਦਿੱਤੀ ਗਈ ਹੈ 26 ਜਨਵਰੀ 1950 ਈਸਵੀ ਨੂੰ ਇਸ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ ਅੰਤਲੇ ਦਿਨ ਜੀਵਨ ਦੇ ਅੰਤਲੇ ਦਿਨਾ ਵਿੱਚ ਆਪਨੇ ਬੁੱਧ ਧਰਮ ગ્રਹਣ ਕਰ ਲਿਆ 6 ਦਸੰਬਰ 1956 ਈਸਵੀ ਨੂੰ ਡਾਕਟਰ ਅੰਬੇਦਕਰ ਕਾਲਚਲਾਨਾ ਕਰ ਗਏ ਸਾਰੰਸ਼ ਡਾਕਟਰ ਅੰਬੇਦਕਰ ਦਲਿਤਾ ਔਰਤਾ ਅਤੇ ਸਮਾਜ ਵਿੱਚ ਛੋਛੇ ਲੋਕਾਂ ਦੇ ਸੱਚੇ ਹਮਦਰਦ ਸਨ ਡਾਕਟਰ ਅੰਬੇਦਕਰ ਦੀਆਂ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਸੁਧਾਰ ਦੀਆਂ ਨੀਤੀਆਂ ਅੱਜ ਵੀ ਦੇਸ਼ ਲਈ ਮਹੱਤਵਪੂਰਨ ਹਨ ਭਾਰਤ ਵਾਸੀ ਡਾਕਟਰ ਅੰਬੇਦਕਰ ਦੇ ਯੋਗਦਾਨ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ